ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਪਣ ਵਸਦੇ ਕੰਟਰੈਕਟ ਵਰਕਰ ਵਿੱਤ ਮੰਤਰੀ ਦੀ ਕੋਠੀ ਘੇਰਨ ਲਈ ਹੋਏ ਰਵਾਨਾ ਤੇ 7 ਤਰੀਕ ਨੂੰ ਮਲੇਰਕੋਟਲਾ ਵਿਖੇ ਦਿਖਾਈਆਂ ਜਾਣੀਆਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ। ਬਠਿੰਡਾ ਦੇ ਬੱਸ ਸਟੈਂਡ ਵਿਖੇ ਰੈਲੀ ਲਈ ਰਵਾਨਾ ਹੁੰਦੇ ਹੋਏ ਪੀਆਰਟੀਸੀ ਤੇ ਪਣ ਵਸਦੇ ਕੰਟਰੈਕਟ ਵਰਕਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਲਮਕਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹਨਾਂ ਦਾ ਪ੍ਰੋਗਰਾਮ ਬਣਿਆ ਸੀ ਕਿ ਸਾਰੇ ਹੀ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ ਤੇ ਅੱਜ ਸਾਡੇ ਵੱਲੋਂ ਬਠਿੰਡਾ ਤੋਂ ਚੱਲ ਕੇ ਬਾਦਲ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨਾ ਹੈ ਅਤੇ 7 ਤਰੀਕ ਨੂੰ ਮਲੇਰਕੋਟਲਾ ਵਿਖੇ ਮੁੱਖ ਮੰਤਰੀ ਵੱਲੋਂ ਜੋ ਨਵਾਂ ਜ਼ਿਲ੍ਹਾ ਬਣਾਇਆ ਗਿਆ ਮਲੇਰਕੋਟਲਾ ਉਸ ਦਾ ਰਸਮੀ ਤੌਰ 'ਤੇ ਉਦਘਾਟਨ ਕਰਨਾ ਹੈ ਅਤੇ ਉੱਥੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਬਠਿੰਡਾ ਡਿਪੂ ਤੋਂ। ਅਸੀਂ ਕੰਟਰੈਕਟ ਵਰਕਰ ਕੱਚੇ ਕੰਮ ਪਾਉਣ ਵਾਸਤੇ ਪੀਆਰਟੀਸੀ ਯੂਨੀਅਨ ਦੇ ਮੈਂਬਰ ਹਾਂ ਜੀ। ਕੀ ਮਾਮਲਾ ਅੱਜ ਦਾ? ਮਾਮਲਾ ਅਸੀਂ ਹੈ ਜੀ ਆਪਣੇ ਜਿਹੜੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨਾ ਹੈ, ਜੋ ਸਬ ਕਮੇਟੀਆਂ ਦੇ ਮੈਂਬਰ ਨੇ ਜੀ। ਅੱਜ ਅਸੀਂ ਬਾਦਲ ਜਾ ਰਹੇ ਹਾਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜੀ। ਕਿੰਨੇ ਕੁ ਵਰਕਰ ਜਾ ਰਹੇ ਹੈ? ਬਹੁਤ ਲੰਮੀ ਤਾਦਾਦ 'ਚ ਵਰਕਰੇ ਨੇ ਜੀ, ਸਾਡੇ 27 ਡਿਪੂਆਂ 'ਚ ਵਰਕਰ ਆ ਰਹੇ ਆ। ਅੱਡੋ ਅੱਡੀ ਸਾਰੇ ਹੀ ਮੰਤਰੀਆਂ ਦੇ ਕੋਠੀਆਂ ਦਾ ਘਿਰਾਓ ਕਰਨਾ। ਬਹੁਤ ਜ਼ਬਰਦਸਤ ਘਿਰਾਓ ਕੀਤਾ ਜਾਊਗਾ, ਰੋਸ ਪ੍ਰਗਟ ਕਰਾਂਗੇ, ਕਾਲੀਆਂ ਝੰਡੀਆਂ ਵੀ ਦਿਖਾਵਾਂਗੇ। ਇੱਕ ਦਿਨ ਦੇ ਹੋਊਗਾ ਜਾਂ ਲੰਬੇ ਟਾਈਮ ਦੀ? ਇਹ ਸਾਡਾ ਪ੍ਰੋਗਰਾਮ ਇੱਥੇ ਦਾ ਇੱਕ ਦਿਨ ਦਾ ਜੀ। ਕੱਲ੍ਹ ਨੂੰ 7 ਤਰੀਕ ਨੂੰ ਅਸੀਂ ਮੈਡਮ ਰਜੀਆ ਸੁਲਤਾਨਾ ਜੋ ਕਿ ਟਰਾਂਸਪੋਰਟ ਮੰਤਰੀ ਆ ਉਹਦਾ ਘਿਰਾਓ ਕਰਨ ਜਾਣਾ। ਮੇਰਾ ਨਾਮ ਸਰਬਜੀਤ ਸਿੰਘ, ਬਠਿੰਡਾ ਡਿਪੂ ਪੀਆਰਟੀਸੀ, ਪੰਜਾਬ ਰੋਡਵੇਜ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਪੰਜਾਬ। ਅਸੀਂ ਇੱਕ ਮੰਚ ਤੋਂ ਲੜਾਈ ਲੜਨੀ ਸਟਾਰਟ ਕੀਤੀ ਹੈ ਅਤੇ ਅੱਜ ਜੋ ਸਾਡਾ ਪ੍ਰੋਗਰਾਮ ਆ, ਅਸੀਂ ਬਾਦਲ ਪਿੰਡ ਦੇ ਵਿੱਚ ਪਹੁੰਚ ਕੇ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਾਂ ਸਾਰੇ ਵਰਕਰ ਇਕਜੁੱਟ ਹੋ ਕੇ। ਇਸ ਤਰ੍ਹਾਂ ਦਾ ਪ੍ਰਦਰਸ਼ਨ ਰਹੂਗਾ ਉੱਥੇ? ਪ੍ਰਦਰਸ਼ਨ ਉੱਥੇ ਸਾਡੇ ਕਾਫੀ ਲੰਮੀ ਤਾਦਾਦ ਦੇ ਵਿੱਚ ਵਰਕਰ ਸਾਡੇ ਸਾਥੀ ਆ ਜੋ ਚੱਲੇ ਅੱਜ, ਅਤੇ ਉੱਥੇ ਅਸੀਂ ਇਹਨਾਂ ਦਾ ਭੰਡੀ ਪ੍ਰਚਾਰ ਵੀ ਕੀਤਾ 10 ਦਿਨ ਤੋਂ, ਅਤੇ ਹੁਣ ਇਹਨਾਂ ਤੋਂ ਅੱਗੇ ਵੀ ਆਪਣੇ ਹੱਕ ਲੈਣ ਲਈ ਇਹਨਾਂ ਨੂੰ ਜਗਾਉਣ ਜਾ ਰਹੇ ਹਾਂ ਅੱਜ ਸਰਕਾਰਾਂ ਨੂੰ। ਅਗਲਾ ਐਕਸ਼ਨ ਕੀ ਹੋਊ? ਅਗਲਾ ਐਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇ ਚੁੱਕੇ ਹਾਂ, ਇਹਨਾਂ ਨੂੰ ਅਲੀਕ ਚੁੱਕੇ ਹਾਂ ਪਹਿਲਾਂ ਤੋਂ ਹੀ, ਅਤੇ ਬਾਕੀ ਅਸੀਂ ਹੁਣ ਗੇਟ ਰੈਲੀਆਂ ਅਤੇ ਇੱਕ ਇੱਕ ਦੋ ਦੋ ਘੰਟਿਆਂ ਦੇ ਵਿੱਚ ਇੱਕ ਦੋ ਪ੍ਰੋਗਰਾਮ ਸਾਡੇ ਗੇਟ ਬੰਦ ਕਰਨ ਦੇ ਆ ਅੱਡਿਆਂ ਦੇ। ਉਸ ਤੋਂ ਬਾਅਦ ਅਸੀਂ 28, 29 ਅਤੇ 30 ਦੀ ਜੋ ਆਪਣੇ ਜ਼ੋਨ ਆ ਇਹਦੇ 'ਚ ਹੜਤਾਲ ਦਾ ਸੱਦਾ ਦਿੱਤਾ ਗਿਆ। ਕੱਲ੍ਹ ਦਾ ਕੀ ਪ੍ਰੋਗਰਾਮ ਰੱਖਿਆ ਗਿਆ? ਕੱਲ੍ਹ ਦਾ ਪ੍ਰੋਗਰਾਮ ਅਸੀਂ ਮਲੇਰਕੋਟਲੇ ਪਹੁੰਚ ਰਹੇ ਹਾਂ, ਜੋ ਕਿ ਉੱਥੇ ਕੈਪਟਨ ਅਮਰਿੰਦਰ ਸਾਹਿਬ ਅਤੇ ਬਾਕੀ ਹੋਰ ਮੰਤਰੀ ਸਾਹਿਬਾਨ ਆਉਣਗੇ, ਉੱਥੇ ਅਸੀਂ ਇਹਨਾਂ ਦੇ ਕੰਨੀ ਆਵਾਜ਼ ਪਾਵਾਂਗੇ, ਆਪਣੇ ਕਾਲੀਆਂ ਝੰਡੀਆਂ ਨਾਲ ਇਹਨਾਂ ਰੋਸ ਮੁਜ਼ਾਹਰੇ ਕਰਾਂਗੇ, ਪ੍ਰਦਰਸ਼ਨ ਕਰਾਂਗੇ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ, ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।